गुरदासपुर रेलवे स्टेशन नेड़े हाई वोल्टेज तारा के संपर्क में आने वाली एक लड़की बुरी तरह नाल झुलस गई, जिसनु सिविल हस्पताल पहुंचाया गया। इस संबंधी मौके पर मौजूद लोगों ने दसा कि जदों अग लगी तो वेख्या गया कि एक लड़की उपर चढ़ी हुई थी, जिसनु आस पास के लोगों ने बचाया तो पुलिस को भी सूचित किया। उत्थे डॉक्टरों का कहना है कि लड़की की दिमागी हालत ठीक नहीं लग रही, फिलहाल उसकी हालत गंभीर बनी हुई है। उधर लड़की के सारे इलाज की जिम्मेवारी माझा फाउंडेशन वालों ली गई है। रोहित शर्मा, यूपी अलीगढ़। एक लड़की आ रही थी स्टेशन की तरफ से, पता नहीं या इधर से जा रही थी, तो वो पता नहीं चढ़ गई या पता नहीं करंट में हंच लिया उसे। वो मैंने देखा, फड़ाक फड़ाक होने लगा, पटाखे जब फूटने लगे मैंने देखा तो मैं चिल्लाने लगा। मैंने कि मैंने सोचा पता नहीं क्या, फिर लोग निकल के आए BSNL दफ्तर से और इधर उधर से आए, तो फिर उन्होंने देखा तो लाइट फिर कटवाई उन्होंने, फिर लड़की को उतारा, फिर हॉस्पिटल ले जाने लगे। लड़की अभी तो ठीक थी, पूरी जल गई है, पूरी सड़ गई, पर उसे हॉस्पिटल ले गए आर्मी वाले। पता नहीं, मैंने नहीं देखा उसे आते हुए और जाते हुए, मैंने ये देखा कि धमाका सा हुआ जब मैंने देखा उसे, कि फिर मैं चिल्लाने लगा, मैंने कि पता नहीं क्या हुआ, मैंने कि देखो, तो सब लोग निकल के आए। नीचे उसे पहले ऊपर से नीचे दिखने लगी, फिर तार पे लग गई, फिर किल्ला किल्ला के लोगों ने उसे नीचे गद्दा लगा रखा था, फिर अपने आप नीचे गिर गई, फिर आर्मी वाले आए थे, उन्होंने अपनी गाड़ी मंगा के हॉस्पिटल ले गए। लड़की आवाज़ फुआ तो दे रही है, वैसे सड़ पूरी गई है। हाँ, अभी हॉस्पिटल ले गए आर्मी वाले, अब पता नहीं कौन से हॉस्पिटल में ले गए आर्मी वाले ले गए। ਸਾਨੂੰ ਸੋਸ਼ਲ ਮੀਡੀਆ ਥਾਣੀ ਪਤਾ ਚੱਲਿਆ ਸੀ ਅਤੇ ਸਾਡੀ ਫਾਊਂਡੇਸ਼ਨ ਮਾਝਾ ਫਾਊਂਡੇਸ਼ਨ ਜਿਹੜੀ ਹੈ, ਫਿਰ ਅਸੀਂ ਸਾਰੀ ਟੀਮ ਇੱਥੇ ਆਏ ਹਾਂ, ਅਸੀਂ ਦੇਖਿਆ ਕਿ ਆ ਕੇ ਲੜਕੀ ਜਿਹੜੀ ਆ ਉਹ 50% ਸੜ ਚੁੱਕੀ ਸੀ, ਅਤੇ ਉਹਦੇ ਬਾਰੇ ਪਤਾ ਕੀਤਾ, ਡਾਕਟਰ ਸਾਨੂੰ ਪਤਾ ਕੀਤਾ ਕਿ ਉਹ ਥੋੜ੍ਹਾ ਮੈਂਟਲੀ ਵੀ ਅਪਸੈਟ ਹੈ, ਅਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨਾਂ ਨੂੰ ਸ਼ਾਇਦ ਜੇ ਇਹਨਾਂ ਦਾ ਪਰਿਵਾਰ ਮੈਂਬਰ ਕੋਈ ਨਹੀਂ ਮਿਲਿਆ ਲੱਭਾ ਜਾਂ ਨਹੀਂ ਪਤਾ ਚੱਲਿਆ ਤਾਂ ਫਿਰ ਸ਼ਿਫਟ ਜਿਹੜਾ ਅੰਮ੍ਰਿਤਸਰ ਕਰਨਾ ਪਵੇਗਾ। ਫਿਰ ਸਾਡੀ ਸੰਸਥਾ ਨੇ ਇੱਕ ਕੀਤਾ ਕਿ ਅਸੀਂ ਇਹਨਾਂ ਨੂੰ ਜਿਹੜਾ ਸ਼ਿਫਟ ਅੰਮ੍ਰਿਤਸਰ ਕਰਾਂਗੇ, ਪ੍ਰੋਪਰ ਇਲਾਜ ਜਿਹੜਾ ਸਾਡੀ ਸੰਸਥਾ ਕਰਾਏਗੀ ਇਹਨਾਂ ਦੀ, ਮਾਝਾ ਫਾਊਂਡੇਸ਼ਨ ਇਲਾਜ ਪੂਰਾ ਪ੍ਰੋਪਰ ਕਰਾਏਗੀ ਇਹਨਾਂ ਦੀ, ਭਾਵੇਂ ਜੇ ਗੁਰਦਾਸਪੁਰ ਹੋਏਗਾ ਚਾਹੇ ਅੰਮ੍ਰਿਤਸਰ ਹੋਏ, ਸਾਰਾ ਇਲਾਜ ਅਸੀਂ ਕਰਵਾਵਾਂਗੇ ਇਹਨਾਂ ਦਾ। ਡਾਕਟਰ ਸਾਹਿਬ ਕਹਿੰਦੇ ਵੀ ਅਜੇ ਕੰਡੀਸ਼ਨ ਥੋੜ੍ਹੀ ਖਰਾਬ ਹੈ, ਲੇਕਿਨ ਕਿਉਂਕਿ ਜਦੋਂ ਬੋਡੀ 50% ਸੜ ਜਾਂਦੀ ਹੈ, ਡਾਕਟਰ ਸਾਹਿਬ ਕਹਿੰਦੇ ਇਨਫੈਕਸ਼ਨ ਬਹੁਤ ਜ਼ਿਆਦਾ ਫੈਲ ਜਾਂਦੀ ਹੈ, ਅਤੇ ਇਹਦਾ ਇਲਾਜ ਪ੍ਰੋਪਰ ਆ ਉਹ ਗੁਰਦਾਸਪੁਰ ਹੋਸਪਿਟਲ ਵਿੱਚ ਨਹੀਂ ਹੈਗਾ, ਪਰ ਉਹ ਕਹਿੰਦੇ ਕਿ ਇਹਨੂੰ ਸ਼ਿਫਟਡ ਅੰਮ੍ਰਿਤਸਰ ਕਰਨਾ ਪਵੇਗਾ, ਅਤੇ ਅਸੀਂ ਕਹੇ ਕੋਈ ਗੱਲ ਨਹੀਂ ਤੁਸੀਂ ਅੰਮ੍ਰਿਤ ਸ਼ਿਫਟ ਕਰ ਦਿਓ, ਜੋ ਵੀ ਖਰਚਾ ਹੋਏਗਾ ਸਾਡੀ ਸੰਸਥਾ ਵੱਲੋਂ ਹੋਏਗਾ। ਸਰ ਦੇਖੋ ਅਜੇ ਤੱਕ ਅਸੀਂ ਪੁੱਛਿਆ ਲੜਕੀ ਨੂੰ, ਪਰ ਅਜੇ ਤੱਕ ਕੁਛ ਪਤਾ ਨਹੀਂ ਚੱਲਿਆ, ਜਦੋਂ ਵੀ ਪਤਾ ਚੱਲੇਗਾ ਫਿਰ ਅਸੀਂ ਤੁਹਾਨੂੰ। ਪਰਿਵਾਰਿਕ ਮੈਂਬਰ ਕੋਈ ਇਹਦਾ ਹੈਗਾ ਨਹੀਂ? ਹਜੇ ਤੱਕ ਤਾਂ ਕੋਈ ਨਹੀਂ ਆਇਆ ਇੱਥੇ ਹੋਸਪਿਟਲ, ਅਜੇ ਤੱਕ ਦਾ ਕੋਈ। ਹਾਂ, ਸਾਰੀ ਕੇਅਰ ਸਾਡੀ ਸੰਸਥਾ ਕਰੇਗੀ ਪੂਰੀ ਪ੍ਰੋਪਰ। ਹਾਂਜੀ, ਇਹ ਕਹਿੰਦੇ ਕਿ ਸ਼ਾਮ ਤੱਕ ਜੇ ਕੋਈ ਮੈਂਬਰ ਪਰਿਵਾਰਿਕ ਮੈਂਬਰ ਕਰ ਦਿੱਤਾ ਜਾਏਗਾ। ਮੈਸੇਜ ਇਹੀ ਨੌਜਵਾਨ ਲੋੜਵੰਦ ਪਰਿਵਾਰ ਆ, ਉਹਨਾਂ ਦੀ ਹੈਲਪ ਕਰੋ, ਅਤੇ ਜੇ ਤੁਹਾਨੂੰ ਲੋੜਵੰਦ ਲੱਗ ਇਲਾਜ ਦੀ ਲੋੜ ਆ, ਤਾਂ ਉਹਨਾਂ ਦੇ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਕਰਿਆ ਕਰੋ ਇਹ ਚੀਜ਼, ਕਿਉਂਕਿ ਸਭ ਨਾਲ ਜ਼ਿਆਦਾ ਜਿਹੜੀ ਇਹ ਸੇਵਾ ਹੈ, ਇਹ ਸਭ ਨਾਲੋਂ ਵਧੀਆ ਸੇਵਾ ਹੈ। ਹਾਂਜੀ, ਹਰਬੰਸ ਕੌਰ, ਇੱਥੇ ਸਾਨੂੰ ਬੈਂਕਾਂ ਦੀ ਐਂਟਰੀ ਪਾ ਰਹੇ ਸੀ, ਅਤੇ ਸਾਨੂੰ ਕੁਐਸਟੀ ਆਈ ਵੀ ਇੱਦਾਂ ਕਰਕੇ ਕੋਈ ਲੇਡੀ ਚੱਲ ਰਹੀ ਆ ਟਾਵਰ 'ਤੇ, ਅਤੇ ਅਸੀਂ ਇੱਥੇ ਆਏ ਹਾਂ ਫਟਾਫਟ, ਅਤੇ ਉਹ ਅੱਗੇ ਆਉਂਦਿਆਂ ਨੂੰ ਇੱਥੇ ਪਈ ਸੀਗੀ ਗੱਦੇ 'ਤੇ, ਅਤੇ ਉਹ ਫਿਰ ਆਪਾਂ ਫੋਨ ਕੀਤਾ ਵੀ ਐਂਬੂਲੈਂਸ ਭੇਜ ਦਿਉ ਆਪਣੇ C6 'ਤੇ, ਅਤੇ ਇੰਨੇ ਕਰਦੇ ਫਿਰ ਉਹ BSF ਦੇ ਜਵਾਨ ਆਏ ਆ, ਅਤੇ ਉਹਨੂੰ ਗੱਡੀ 'ਚ ਪਾ ਕੇ ਅਤੇ ਸਿਵਲ ਹੋਸਪਿਟਲ ਲੈ ਲਿਆ। ਜਿਹੜੀ ਮੌਕੇ 'ਤੇ ਆਏ ਉਦੋਂ ਕੀ ਹਾਲਾਤ ਸੀ ਕੁੜੀ ਦੇ, ਕਿੰਨੀ ਕੁ ਸੜ ਚੁੱਕੀ? ਉਹ ਸੜ ਚੁੱਕੀ ਆ, ਚੀਕਾਂ ਮਾਰੀ ਸੀ ਬਣੇ। ਹਾਂਜੀ, ਪਤਾ ਲੱਗਾ ਕੋਈ ਕਿੱਥੋਂ ਦੀ ਰਹਿਣ ਵਾਲੀ ਜਾਂ ਕਿਉਂ ਕਿਵੇਂ ਆਈ ਇਹਦੀ ਚਪੇਟ ਵਿੱਚ ਕਰੰਟ ਦੀ? ਹਾਂਜੀ, ਇਹ ਨਹੀਂ ਪਤਾ ਚੱਲਿਆ ਵੈ ਉੱਪਰ ਉਹ ਚੜ੍ਹੀ ਆ। ਹਾਂਜੀ, ਰੇਲਵੇ ਦਾ ਟਾਵਰ ਜੀ। ਸਾਡੇ ਕੋਈ ਕਾਨੂੰਨ ਪੇਸ਼ੈਂਟ ਆਇਆ, BSF ਵਾਲੇ ਲੈ ਕੇ ਆਏ, ਅਤੇ ਬਰਨ ਇੰਜਰੀ ਨਾਲ ਕੋਈ ਤਾਰ ਤੂਰ 'ਤੇ ਜੇ ਉਹਨੂੰ ਬਰਨ ਇੰਜਰੀ ਹੋਈ ਆ ਰੇਲਵੇ ਕਰੋਸਿੰਗ 'ਤੇ, ਅਤੇ ਉਹਦੀ 50% ਜਿਹੜੀ ਹੈ ਉਹ ਬਰਨ ਇੰਜਰੀ ਹੈਗੀ ਆ, ਅਤੇ ਨਹੀਂ ਪੇਸ਼ੈਂਟ ਨੇ ਨਾਂ ਨਹੀਂ ਦੱਸਿਆ, ਨਾ ਕੋਈ ਦੱਸਿਆ ਰਹਿਣ ਵਾਲੀ ਕਿੱਥੋਂ ਦੀ ਹੈਗੀ ਆ। ਪ੍ਰਵਾਸੀ ਲੱਗਦੀ ਹੈ ਮੈਨੂੰ, ਜਿਸ ਤਰ੍ਹਾਂ ਮੰਗਣ ਵਾਲੇ ਹੁੰਦੇ ਨਾ, ਜਿੱਦਾਂ ਵੈਗਾ ਟਾਈਪ ਉਸ ਹੈਗੇ ਆ, ਅਤੇ ਜਿਸ ਹਿਸਾਬ ਨਾਲ ਲੱਗਦਾ ਕਿ ਉਹਦੀ ਦਿਮਾਗੀ ਹਾਲਤ ਵੀ ਇੰਨੀ ਠੀਕ ਨਹੀਂ ਹੈ। 50% ਹੈਗੀ ਆ।
ਬਾਹਰ ਨਹੀਂ ਗਏ, ਟ੍ਰੀਟਮੈਂਟ ਚੱਲ ਰਿਹਾ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ।